ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਵਿੱਚ, ਜਿਸ ਦਾ ਨਾਮ ਹੈ ਮਿਤ ਜਿੰਦਲ ਪੰਜਾਬੀ ਮਾਸਟਰ ਕਾਡਰ ਦੀ ਤਿਆਰੀ ਦੇ ਲਈ। ਤੁਹਾਡਾ ਆਪਣਾ ਯੂਟਿਊਬ ਚੈਨਲ ਦੇ ਨਾਲ ਜੁੜਨ ਦੇ ਲਈ ਤੁਹਾਡਾ ਸਭ ਦਾ ਧੰਨਵਾਦ। ਉਮੀਦ ਕਰਦਾ ਕਿ ਮੇਰੇ ਦੁਆਰਾ ਅਪਲੋਡ ਕੀਤੀ ਗਈ ਵੀਡੀਓਜ਼ ਤੁਹਾਨੂੰ ਜ਼ਰੂਰ ਵਧੀਆ ਲੱਗ ਰਹੀਆਂ ਹੋਣਗੀਆਂ ਅਤੇ ਤੁਹਾਡੀ ਤਿਆਰੀ ਵੀ ਵਧੀਆ ਢੰਗ ਦੇ ਨਾਲ ਹੋ ਰਹੀ ਹੋਵੇਗੀ। ਇਸ ਤੋਂ ਪਹਿਲਾਂ 5 ਮੌਕ ਟੈਸਟ ਨੇ ਜੋ ਅਪਲੋਡ ਕਰ ਚੁੱਕੇ ਹਾਂ। ਅੱਜ ਇਸ 6ਵੇਂ ਸੈੱਟ ਦੇ ਵਿੱਚ 30 ਪ੍ਰਸ਼ਨਾਂ ਦੇ ਬਾਰੇ ਚਰਚਾ ਕਰਾਂਗੇ। ਪ੍ਰਸ਼ਨ ਨੇ ਜੋ ਪ੍ਰੀਖਿਆ ਦੀ ਦ੍ਰਿਸ਼ਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਣਾਏ ਗਏ ਨੇ। ਸ਼ੁਰੂ ਕਰਦੇ ਹਾਂ ਜੀ, 151ਵੇਂ ਤੋਂ ਪ੍ਰਸ਼ਨ ਤੋਂ ਸ਼ੁਰੂ ਕਰਦੇ ਹਾਂ। 151ਵਾਂ ਪ੍ਰਸ਼ਨ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਅੰਗ ਹਨ? ਹਾਂਜੀ, ਸਹੀ ਉੱਤਰ ਹੈ ਜਿਹਦਾ ਆੜਾ, 1430 ਅੰਗ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਅੱਗੇ ਦੋਸਤੋ ਪ੍ਰਸ਼ਨ ਧਿਆਨ ਨਾਲ ਸਮਝਣਾ, ਮਿਲਾਨ ਕਰਨ ਨੂੰ ਇਹ ਇਸ ਤਰ੍ਹਾਂ ਦੇ ਪ੍ਰਸ਼ਨ ਵੀ ਪੇਪਰ ਦੇ ਵਿੱਚ ਆਉਂਦੇ ਨੇ। ਇੱਕ ਪਾਸੇ ਆ ਜੋ ਰਚਨਾਕਾਰ ਦਾ ਨਾਮ ਦਿੱਤਾ ਗਿਆ ਅਤੇ ਦੂਜੇ ਪਾਸੇ ਸ਼ਬਦ ਜਾਂ ਸਲੋਕਾਂ ਦੀ ਗਿਣਤੀ ਦਿੱਤੀ ਗਈ ਹੈ। ਸ਼੍ਰੀ ਗੁਰੂ ਅਮਰਦਾਸ ਜੀ, ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੇ ਇੱਧਰ ਸਾਹਮਣੇ ਸ਼ਲੋਕ ਨੇ। ਨੀਚੇ ਆਪਸ਼ਨ ਦਿੱਤੇ ਹੋਏ ਨੇ 4, ਇਹਨਾਂ ਆਪਸ਼ਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਮੈਚ ਕਰਨੇ ਨੇ। ਹਾਂਜੀ, ਧਿਆਨ ਨਾਲ ਰੱਖੇ ਦੇਖਣਾ ਦੋਸਤੋ ਕਿ ਇਹਨਾਂ 4 ਦੇ ਵਿੱਚੋਂ ਕਿਹੜਾ ਆਪਸ਼ਨ ਸਹੀ ਹੈ। ਹਾਂਜੀ, ਟਾਈਮ ਸਟਾਰਟ ਹੋ ਚੁੱਕਿਆ ਜੀ। ਹਾਂਜੀ, ਸਹੀ ਉੱਤਰ ਹੈ ਜੀ ਇਹਦਾ 3, ਗੁਰੂ ਅਮਰਦਾਸ ਜੀ ਦੇ 907, ਗੁਰੂ ਨਾਨਕ ਦੇਵ ਜੀ ਦੇ 976, ਗੁਰੂ ਅਰਜਨ ਦੇਵ ਜੀ ਦੇ ਸਭ ਤੋਂ ਜ਼ਿਆਦਾ ਨੇ 2216 ਅਤੇ ਗੁਰੂ ਅੰਗਦ ਦੇਵ ਜੀ ਦੇ 62 ਸਲੋਕ ਨੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ। ਤਾਂ 152ਵੇਂ ਦਾ ਸਹੀ ਉੱਤਰ ਹੋ ਗਿਆ ਜੀ, ਆਪਸ਼ਨ ਨੰਬਰ 3। ਅੱਗੇ ਜੀ 153ਵਾਂ ਪ੍ਰਸ਼ਨ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦਾ ਕਾਰਜ ਕਿਸ ਨੇ ਕੀਤਾ? ਸਹੀ ਉੱਤਰ ਹੈ ਜੀ ਇਹਦਾ ਸੱਸਾ, ਭਾਈ ਗੁਰਦਾਸ ਜੀ ਨੇ ਲਿਖਾਈ ਦਾ ਕਾਰਜ ਕੀਤਾ ਸੀ, ਜਦਕਿ ਬਾਬਾ ਬੁੱਢਾ ਜੀ ਇਹਦੇ ਪਹਿਲੇ ਗ੍ਰੰਥੀ ਬਣੇ ਸੀ। ਅੱਗੇ ਦਾ ਪ੍ਰਸ਼ਨ ਹੈ ਜੀ 154ਵਾਂ ਪ੍ਰਸ਼ਨ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਪ੍ਰਸਾਦ ਸ਼ਬਦ ਦਾ ਪ੍ਰਯੋਗ ਕਿੰਨੇ ਵਾਰ ਹੋਇਆ ਹੈ? ਗੁਰਪ੍ਰਸਾਦ ਸ਼ਬਦ ਦਾ ਪ੍ਰਯੋਗ ਦੱਸਣਾ ਜੀ ਕਿੰਨੇ ਵਾਰ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ? ਸਹੀ ਉੱਤਰ ਹੈ ਜੀ ਇਹਦਾ ਸੱਸਾ, 33 ਵਾਰ ਉਪਯੋਗ ਹੋਇਆ ਦਾ ਪ੍ਰਯੋਗ ਹੋਇਆ। 155ਵਾਂ ਪ੍ਰਸ਼ਨ ਹੈ ਜੀ ਅੱਗੇ, ਭਗਤ ਰਵਿਦਾਸ ਜੀ ਦੇ ਕਿੰਨੇ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ? ਭਗਤ ਰਵਿਦਾਸ ਜੀ ਦੇ ਸ਼ਬਦ, ਹਾਂਜੀ ਸਹੀ ਉੱਤਰ ਹੈ ਜੀ ਇਹਦਾ ED 40 ਸ਼ਬਦ ਨੇ। 156ਵਾਂ ਪ੍ਰਸ਼ਨ ਹੈ ਜੀ, ਰਾਗ ਮਾਝ ਦੇ ਵਿੱਚ ਕਿਸ ਗੁਰੂ ਜੀ ਨੇ 12ਵਾਂ ਦੀ ਰਚਨਾ ਕੀਤੀ? ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2 12ਵਾਂ ਨੇ, ਤਾਂ ਰਾਗ ਮਾਝ ਦੇ ਵਿੱਚ ਦੇਖਣਾ ਜੀ ਕਿਸ ਗੁਰੂ ਜੀ ਨੇ ਰਚਨਾ ਕੀਤੀ ਹੈ। ਹਾਂਜੀ ਸਹੀ ਉੱਤਰ ਹੈ ਜੀ ਇਹਦਾ ਆੜਾ, ਗੁਰੂ ਅਰਜਨ ਦੇਵ ਜੀ ਨੇ। 157ਵਾਂ ਪ੍ਰਸ਼ਨ ਹੈ ਜੀ, ਜੋ ਦੂਜਾ ਵਰਮ ਹੈ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਤੁਖਾਰੀ ਰਾਗ ਦੇ ਵਿੱਚ ਹੈ। 157ਵਾਂ ਪ੍ਰਸ਼ਨ ਹੈ ਜੀ, ਸ਼ਾਹ ਹੁਸੈਨ ਕਿਸ ਗੁਰੂ ਸਾਹਿਬ ਦਾ ਸਮਕਾਲੀ ਸੀ? ਹਾਂਜੀ ਸਹੀ ਉੱਤਰ ਹੈ ਜਿਹਦਾ ਊੜਾ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸੀ ਸ਼ਾਹ ਹੁਸੈਨ। 158ਵਾਂ ਪ੍ਰਸ਼ਨ ਹੈ, ਬੁੱਲੇ ਸ਼ਾਹ ਨੇ ਕਿੰਨੀਆਂ ਕਾਫੀਆਂ ਦੀ ਰਚਨਾ ਕੀਤੀ? ਦੋਸਤੋ ਕਈ ਵਾਰੀ ਉਲਝਣ ਪੈਦਾ ਹੋ ਜਾਂਦੀ ਹੈ ਬੁੱਲੇ ਸ਼ਾਹ ਅਤੇ ਸ਼ਾਹ ਹੁਸੈਨ ਦੀਆਂ ਕਾਫੀਆਂ ਦੇ ਵਿੱਚ, ਤਾਂ ਇਹ ਡਾਊਟ ਹੈ ਜੋ ਕਲੀਅਰ ਕਰ ਲਿਓ ਤੁਸੀਂ ਹੁਣ। ਹਾਂਜੀ ਬੁੱਲੇ ਸ਼ਾਹ ਦੀਆਂ ਕਾਫੀਆਂ ਦੀ ਗਿਣਤੀ ਹੈ ਜੀ 156 ਕਾਫੀਆਂ, ਇਹਨੇ 156 ਕਾਫੀਆਂ ਬੁੱਲੇ ਸ਼ਾਹ ਦੀਆਂ। ਅੱਗੇ ਜੀ, ਸ਼ਾਹ ਹੁਸੈਨ ਦਾ ਸੰਬੰਧ ਕਿਸ ਫਿਰਕੇ ਨਾਲ ਸੀ? ਸਹੀ ਉੱਤਰ ਹੈ ਜੀ 159 ਦਾ ਊੜਾ, ਮਲਾਮਤੀ ਫਿਰਕੇ ਦੇ ਨਾਲ ਸੰਬੰਧ ਸੀ ਸ਼ਾਹ ਹੁਸੈਨ, ਅਤੇ ਸ਼ਾਹ ਹੁਸੈਨ ਨੂੰ ਲਾਲ ਹੁਸੈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 160ਵਾਂ ਪ੍ਰਸ਼ਨ ਹੈ ਜੀ ਅੱਗੇ, ਸੂਫੀ ਅਨੁਸਾਰ ਮਨੁੱਖੀ ਆਤਮਾ ਵਿੱਚ ਕੀ ਮੌਜੂਦ ਹੈ?
ਸਹੀ ਉੱਤਰ ਹੈ ਜੀ ਆੜਾ ਨਫਸ। 161ਵਾਂ ਪ੍ਰਸ਼ਨ ਹੈ ਜੀ ਅੱਗੇ, ਬਾਬਾ ਫਰੀਦ ਜੀ ਦਾ ਜਨਮ ਕਦੋਂ ਹੋਇਆ? ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ, ਬਾਬਾ ਫਰੀਦ ਜੀ ਦਾ ਜਨਮ ਕਦੋਂ ਹੋਇਆ? ਸਹੀ ਉੱਤਰ ਹੈ ਜੀ ਇਹਦਾ ED 1173 ਈਸਵੀ ਦੇ ਵਿੱਚ ਅਤੇ 1266 ਈਸਵੀ ਦੇ ਵਿੱਚ ਸਵਰਗਵਾਸ ਹੋਏ ਸੀ ਬਾਬਾ ਫਰੀਦ ਜੀ, ਜੋਤੀ ਜੋਤ ਸਮਾਏ ਸੀ। 162ਵਾਂ ਪ੍ਰਸ਼ਨ ਹੈ ਜੀ ਅੱਗੇ, ਵਾਰਸ ਸ਼ਾਹ ਨੇ ਆਪਣੀ ਵਿੱਦਿਆ ਕਿੱਥੇ ਪ੍ਰਾਪਤ ਕੀਤੀ? ਚਾਰ ਆਪਸ਼ਨ ਨੇ, ਮੁਲਤਾਨ, ਲਾਹੌਰ, ਕਸੂਰ ਜਾਂ ਪਾਕਪਟਨ। ਹਾਂਜੀ ਸਹੀ ਉੱਤਰ ਹੈ ਜਿਹਦਾ ED ਕਸੂਰ ਵਿਖੇ ਵਾਰਸ ਸ਼ਾਹ ਨੇ ਆਪਣੀ ਵਿੱਦਿਆ ਪ੍ਰਾਪਤ ਕੀਤੀ ਸੀ। 163ਵਾਂ ਪ੍ਰਸ਼ਨ, ਪੀਲੂ ਨੇ ਕਿਹੜੇ ਕਿੱਸੇ ਦੀ ਰਚਨਾ ਕੀਤੀ? ਦੋਸਤੋ ਆਪਸ਼ਨਾਂ ਨੂੰ ਧਿਆਨ ਦੇ ਨਾਲ ਪੜ੍ਹਿਓ, ਕਾਹਲੀ ਕਾਹਲੀ ਦੇ ਵਿੱਚ ਕਈ ਵਾਰੀ ਪ੍ਰਸ਼ਨ ਦਾ ਉੱਤਰ ਹੈ ਜੋ ਗਲਤ ਹੋ ਜਾਂਦਾ ਹੈ। ਹਾਂਜੀ ਸਹੀ ਉੱਤਰ ਹੈ ਜਿਹਦਾ ਊੜਾ ਮਿਰਜ਼ਾ ਸਾਹਿਬਾ। 164ਵਾਂ ਪ੍ਰਸ਼ਨ ਹੈ ਜੀ, ਪੰਜਾਬੀ ਕਿੱਸਾ ਕਾਵਿ ਦਾ ਪਿਤਾਮਾ ਕੌਣ ਹੈ? ਪੰਜਾਬੀ ਕਿੱਸਾ ਕਾਵਿ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ? ਇਹ ਮੰਨਿਆ ਜਾਂਦਾ ਜੀ ਦਮੋਦਰ ਨੂੰ। 164ਵੇਂ ਦਾ ਸੱਸਾ। 165ਵਾਂ ਪ੍ਰਸ਼ਨ ਹੈ ਜੀ, ਹਾਫਿਜ਼ ਬਰਖੁਰਦਾਰ ਨੇ ਕਿੰਨੇ ਕਿੱਸੇ ਲਿਖੇ? ਇਹਨਾਂ ਨੇ ਲਿਖੇ ਸੀ ਜੀ ਆੜਾ 3 ਕਿੱਸੇ ਲਿਖੇ ਸੀ ਹਾਫਿਜ਼ ਬਰਖੁਰਦਾਰ ਨੇ। 166ਵਾਂ ਪ੍ਰਸ਼ਨ ਹੈ ਜੀ, ਦਮੋਦਰ ਨੇ ਆਪਣੇ ਕਿੱਸੇ ਵਿੱਚ ਸਭ ਤੋਂ ਵੱਧ ਵਰਤੋਂ ਕਿਸ ਸ਼ਬਦ ਦੀ ਕੀਤੀ ਹੈ? ਜਦੋਂ ਦਮੋਦਰ ਦਾ ਕਿੱਸਾ ਪੜ੍ਹਦੇ ਹਾਂ ਤਾਂ ਥਾਂ ਥਾਂ 'ਤੇ ਲਿਖਿਆ ਹੋਇਆ ਮਿਲਦਾ ਹੈ। ਉਹ ਸਹੀ ਉੱਤਰ ਹੈ ਜੀ ED ਆਖ ਦਮੋਦਰ ਅੱਖੀ ਡਿੱਠਾ। ਅੱਗੇ ਜੀ 167ਵਾਂ ਪ੍ਰਸ਼ਨ ਹੈ ਜੀ, ਹਾਸ਼ਮ ਸ਼ਾਹ ਦਾ ਜਨਮ ਕਦੋਂ ਹੋਇਆ? ਸਹੀ ਉੱਤਰ ਹੈ ਜੀ ਸੱਸਾ, 1735 ਈਸਵੀ ਦੇ ਵਿੱਚ। ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਕਿੰਨੇ ਪ੍ਰਸ਼ਨ ਨੇ ਜੋ ਸਹੀ ਹੋ ਰਹੇ ਨੇ। 168ਵਾਂ ਪ੍ਰਸ਼ਨ ਹੈ ਜੀ, ਕਾਦਰ ਯਾਰ ਰਚਿਤ ਕਿੱਸਾ ਪੂਰਨ ਭਗਤ ਦੀ ਕਥਾ ਦਾ ਸੰਬੰਧ ਪੰਜਾਬ ਦੇ ਕਿਸ ਨਗਰ ਨਾਲ ਹੈ? ਜੋ ਕਾਦਰ ਯਾਰ ਨੇ ਕਿੱਸਾ ਰਚਿਆ ਪੂਰਨ ਭਗਤ ਦਾ, ਉਹਦੀ ਕਥਾ ਜੋ ਉਹਦਾ ਸੰਬੰਧ ਕਿੱਥੇ ਪੰਜਾਬ ਦੇ ਕਿਸ ਨਗਰ ਦੇ ਨਾਲ ਹੈ? 168ਵਾਂ ਪ੍ਰਸ਼ਨ ਹੈ ਜੀ, ਸਹੀ ਉੱਤਰ ਹੈ ਜਿਹਦਾ ਆੜਾ ਸਿਆਲਕੋਟ, ਕਿਉਂਕਿ ਪੂਰਨ ਭਗਤ ਹੈ ਜੋ ਸਿਆਲਕੋਟ ਦੇ ਰਾਜਾ ਸਲਵਾਹਨ ਦਾ ਪੁੱਤਰ ਮੰਨਿਆ ਜਾਂਦਾ ਹੈ। ਅੱਗੇ ਜੀ 169ਵਾਂ ਪ੍ਰਸ਼ਨ ਹੈ ਜੀ, ਚੰਡੀ ਦੀ ਵਾਰ ਕਿਸ ਦੀ ਰਚਨਾ ਹੈ? ਵੈਰੀ ਇੰਪੋਰਟੈਂਟ, ਸਹੀ ਉੱਤਰ ਹੈ ਜੀ ਇਹਦਾ ED ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਚੰਡੀ ਦੀ ਵਾਰ। 170ਵਾਂ ਪ੍ਰਸ਼ਨ ਹੈ ਜੀ ਅੱਗੇ, ਨਾਦਰ ਸ਼ਾਹ ਦੀ ਵਾਰ ਕਿਸ ਦੀ ਰਚਨਾ ਹੈ? ਇਹ ਹੈ ਜੀ ED ਨਜਾਬਤ। ਇਹ ਸੌਖੇ ਜਿਹੇ ਪ੍ਰਸ਼ਨ ਪੁੱਛੇ ਜਾ ਰਹੇ ਨੇ ਤਾਂ ਜੋ ਤੁਹਾਡਾ ਲਿੰਕ ਹੈ ਜਿਹੜਾ ਬਣ ਸਕੇ। 171ਵਾਂ ਪ੍ਰਸ਼ਨ ਹੈ ਜੀ, ਆਦਿ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਵਾਰਾਂ ਹਨ? ਦੋਸਤੋ ਇਹੀ ਪ੍ਰਸ਼ਨ ਹੈ ਜੋ ਕਈ ਤਰ੍ਹਾਂ ਦੇ ਨਾਲ ਉਲਝਾ ਕੇ ਪੁੱਛਿਆ ਜਾਂਦਾ ਹੈ। ਹਾਂਜੀ ਆਦਿ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ 12 ਨੇ ਉਹਨੇ ED 22-12 ਨੇ, ਜਿਹਦੇ ਵਿੱਚੋਂ 21 ਵਾਰਾਂ ਨੇ ਉਹ ਸ਼੍ਰੀ ਗੁਰੂ ਸਾਹਿਬਾਨਾਂ ਦੀਆਂ ਵਾਰਾਂ ਨੇ, ਅਤੇ ਇੱਕ ਵਾਰ ਹੈ ਜੋ ਉਹ ਗੁਰੂ ਘਰ ਦੇ ਨਿਕਟਵਰਤੀ ਸੱਤਾ ਅਤੇ ਬਲਵੰਡ ਦੀ ਵਾਰ ਹੈ। ਤਾਂ ਕੁੱਲ 22 ਵਾਰਾਂ ਨੇ। ਜੇਕਰ ਪ੍ਰਸ਼ਨ ਹੈ ਜੇ ਕਿ ਗੁਰੂ ਸਾਹਿਬਾਨਾਂ ਦੀਆਂ ਕਿੰਨੀਆਂ ਵਾਰਾਂ ਨੇ, ਤਾਂ ਉਹਨਾਂ ਦੀ ਸੰਖਿਆ 21। 172ਵਾਂ ਪ੍ਰਸ਼ਨ ਹੈ ਜੀ ਅੱਗੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਮੰਨਿਆ ਜਾਂਦਾ ਹੈ? ਸਹੀ ਉੱਤਰ ਹੈ ਜੀ ਇਹਦਾ ਆੜਾ ਗੁਰਬਾਣੀ ਦੀ ਕੁੰਜੀ ਮੰਨਿਆ ਜਾਂਦਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ। ਅੱਗੇ ਹੈ ਜੀ 173ਵਾਂ ਪ੍ਰਸ਼ਨ ਹੈ, ਸ਼ਾਹ ਮੁਹੰਮਦ ਕਿਸ ਕਾਲ ਦਾ ਕਵੀ ਹੈ? 173ਵਾਂ ਪ੍ਰਸ਼ਨ, ਸ਼ਾਹ ਮੁਹੰਮਦ। ਸਹੀ ਉੱਤਰ ਹੈ ਜੀ ਇਹਦਾ ED ਮਹਾਰਾਜਾ ਰਣਜੀਤ ਸਿੰਘ ਕਾਲ ਦਾ ਕਵੀ ਹੈ ਸ਼ਾਹ ਮੁਹੰਮਦ। 174ਵਾਂ ਪ੍ਰਸ਼ਨ ਹੈ, ਸੂਬਾ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?
ਸਹੀ ਉੱਤਰ ਹੈ ਜੀ ਇਹਦਾ ਆੜਾ। 15 ਮਈ 1915 ਈਸਵੀ ਨੂੰ ਪਿੰਡ ਉਦੋਨੰਗਲ ਦੇ ਵਿੱਚ। ਅੱਗੇ ਜੀ 175ਵਾਂ ਪ੍ਰਸ਼ਨ ਹੈ ਜੀ, ਗਿਆਨੀ ਦਿੱਤ ਸਿੰਘ ਕਿਸ ਅਖਬਾਰ ਦੇ ਐਡੀਟਰ ਰਹਿ ਚੁੱਕੇ ਨੇ? ਵਾਰਤਕਕਾਰਾਂ ਨਾਲ ਸੰਬੰਧਿਤ ਵੀਡੀਓ ਚੱਲ ਰਹੀਆਂ ਨੇ ਜੀ, ਹੁਣ ਪ੍ਰਸ਼ਨ ਚੱਲ ਰਹੇ ਨੇ ਵਾਰਤਕਕਾਰਾਂ ਦੇ ਨਾਲ ਸੰਬੰਧਿਤ। ਗਿਆਨੀ ਦਿੱਤ ਸਿੰਘ ਜੀ ਕਿਸ ਅਖਬਾਰ ਦੇ ਐਡੀਟਰ ਰਹਿ ਚੁੱਕੇ ਨੇ? ਸਹੀ ਉੱਤਰ ਹੈ ਜੀ ਇਹਦਾ ਸੱਸਾ ਖਾਲਸਾ ਅਖਬਾਰ। 176ਵਾਂ ਪ੍ਰਸ਼ਨ ਹੈ ਜੀ, ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਮਾਤਾ ਦਾ ਕੀ ਨਾਮ ਸੀ? ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ? ਹਾਂਜੀ ਸਹੀ ਉੱਤਰ ਹੈ ਜੀ ਊੜਾ, ਸੁਰਸਤੀ। ਅੱਗੇ ਜੀ 177ਵਾਂ ਪ੍ਰਸ਼ਨ ਹੈ ਜੀ, ਪੰਚਵਟੀ ਕਿਸ ਦੀ ਕੋਠੀ ਦਾ ਨਾਮ ਸੀ? ਇਹ ਕੋਠੀ ਸੀ ਜੋ ਦੇਹਰਾਦੂਨ ਦੇ ਵਿੱਚ ਸੀ, ਉਹਦਾ ਨਾਮ ਰੱਖਿਆ ਗਿਆ ਸੀ ਪੰਚਵਟੀ। ਕਿਸ ਲੇਖਕ ਦੀ ਕੋਠੀ ਦਾ ਨਾਮ ਸੀ ਇਹ? ਹਾਂਜੀ ਸਹੀ ਉੱਤਰ ਹੈ ਜਿਹਦਾ ED ਡਾਕਟਰ ਬਲਵੀਰ ਸਿੰਘ ਦੀ ਕੋਠੀ ਦਾ ਨਾਮ ਸੀ ਪੰਚਵਟੀ। ਅੱਗੇ ਹੈ ਜੀ 178ਵਾਂ ਪ੍ਰਸ਼ਨ, ਰਸੀਦੀ ਟਿਕਟ ਕਿਸ ਦੀ ਸਵੈ ਜੀਵਨੀ ਹੈ? ਬਹੁਤ ਸੌਖਾ ਜਿਹਾ ਪ੍ਰਸ਼ਨ ਹੈ, ਤਾਂ ਸਭ ਨੂੰ ਆਉਂਦਾ ਹੀ ਹੋਵੇਗਾ। ਸਹੀ ਉੱਤਰ ਹੈ ਜਿਹਦਾ ਊੜਾ, ਅੰਮ੍ਰਿਤਾ ਪ੍ਰੀਤਮ। 179ਵਾਂ ਪ੍ਰਸ਼ਨ ਹੈ ਜੀ, ਕਲਮ ਦੇ ਧਨੀ ਨਿਬੰਧ ਸੰਗ੍ਰਹਿ ਕਿਸ ਦੀ ਰਚਨਾ ਹੈ? ਹਾਂਜੀ ਸਹੀ ਉੱਤਰ ਹੈ ਜੀ ਸੱਸਾ ਪਿਆਰਾ ਸਿੰਘ ਪਦਮ। ਅੱਗੇ ਜੀ 180ਵਾਂ ਅਤੇ ਅਖੀਰਲਾ ਪ੍ਰਸ਼ਨ ਇਸ ਮੌਕ ਟੈਸਟ, 5ਵੇਂ ਮੌਕ ਟੈਸਟ ਦਾ, 6ਵੇਂ ਮੌਕ ਟੈਸਟ ਹੈ ਜੀ ਇਹ। ਕਿਹੜੀ ਸਾਹਿਤਕ ਰਚਨਾ ਉੱਤਮ ਪੁਰਖ ਵਿੱਚ ਲਿਖੀ ਜਾਂਦੀ ਹੈ? ਉਹ ਰਚਨਾ ਜੋ ਉੱਤਮ ਪੁਰਖ ਦੇ ਵਿੱਚ ਲਿਖੀ ਜਾਂਦੀ ਹੈ ਉਹ ਦੇਖਣੀ ਹੈ ਜੀ ਕਿਹੜੀ ਹੈ? ਸਹੀ ਉੱਤਰ ਹੈ ਜੀ ਇਹਦਾ ਸੱਸਾ ਸਵੈ ਜੀਵਨੀ ਹੈ, ਜੋ ਕਿਉਂਕਿ ਲਿਖਾਰੀ ਹੈ ਜੋ ਆਪ ਲਿਖਦਾ, ਇਸ ਕਰਕੇ ਇਹ ਉੱਤਮ ਪੁਰਖ ਦੇ ਵਿੱਚ ਲਿਖੀ ਜਾਂਦੀ ਹੈ। ਇਹ ਸੀ ਜੀ ਅੱਜ ਦੇ ਇਸ 6ਵੇਂ ਮੌਕ ਟੈਸਟ ਦੇ ਵਿੱਚ 30 ਪ੍ਰਸ਼ਨ। ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਜ਼ਰੂਰ ਵਧੀਆ ਲੱਗ ਰਹੀ ਹੋਣਗੀਆਂ, ਅਤੇ ਤੁਸੀਂ ਹੁਣ ਤੱਕ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਆ ਹੋਵੇਗਾ। ਮਾਸਟਰ ਕਾਡਰ ਪੂਰੀ ਪੰਜਾਬੀ ਦੀ ਪੂਰੀ ਤਿਆਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਦੋਸਤਾਂ ਦੇ ਨਾਲ ਸ਼ੇਅਰ ਕਰੋ, ਅਤੇ ਕਮੈਂਟ ਕਰਕੇ ਤੁਸੀਂ ਚੈਨਲ ਸੰਬੰਧੀ ਆਪਣੀ ਰਾਏ ਦੇ ਸਕਦੇ ਹੋ। ਅਗਲਾ ਮੌਕ ਟੈਸਟ ਦੇ ਵਿੱਚ 30 ਪ੍ਰਸ਼ਨ ਲੈ ਕੇ ਆਵਾਂਗੇ, ਜੋ 7ਵਾਂ ਮੌਕ ਟੈਸਟ ਹੋਵੇਗਾ।